ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਮੇਰੀ ਸਤਿਕਾਰਯੋਗ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਏਕਤਾ ਨੂੰ ਦੇਖਦੇ ਹੋਇਆਂ ਮਨ ਬਹੁਤ ਪ੍ਰਸੰਨ ਹੁੰਦਾ ਹੈ। ਮੈਂ ਬਾਹਲੀ ਲੰਬੀ ਸਪੀਚ ਤਾਂ ਨਹੀਂ ਦੇ ਸਕਦੀ ਕਿਉਂਕਿ ਮੈਂ ਵੀ ਕਾਮ ਪਰਿਵਾਰ 'ਚੋਂ ਉੱਠ ਕੇ ਜਦੋਂ ਬੰਦੇ 'ਤੇ ਵਕਤ ਪੈਂਦਾ ਤਾਂ ਕਹਿੰਦੇ ਉਹਨਾਂ ਨੂੰ ਬੋਲਣਾ ਪੈਂਦਾ ਆਪਦੇ ਇਨਸਾਫ਼ ਲਈ। ਜਿਵੇਂ ਹੁਣ ਬਾਪੂ ਜੀ ਬੈਠੇ ਆ, ਤੁਸੀਂ ਉਹਨਾਂ ਦਾ ਸਹਾਰਾ ਬਣਿਓ। ਕੱਲ੍ਹ ਮੇਰੇ 'ਤੇ ਵੀ ਪਹਾੜ ਜੱਡਾ ਦੁੱਖ ਸੀ, ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਆ ਕੇ ਸਾਡਾ ਦੁੱਖ ਵੰਡਾਇਆ ਅਤੇ ਸਾਡੇ ਹੌਂਸਲਿਆਂ ਨੂੰ ਕਾਇਮ ਰੱਖਿਆ। ਮੈਂ ਤੁਹਾਡੇ ਚਰਨਾਂ 'ਚ ਆਪਣਾ ਸਿਰ ਹਮੇਸ਼ਾ ਨੀਵਾਂ ਰੱਖੂੰਗੀ ਕਿਉਂਕਿ ਸ਼ੁਭਦੀਪ ਤਾਂ 9 ਮਹੀਨੇ ਪਹਿਲਾਂ ਹੀ ਸਾਡੇ ਭਰਾਵਾਂ ਦਾ ਜ਼ਿਕਰ ਕਰ ਗਿਆ ਸੀ ਅਤੇ ਪਤਾ ਨਹੀਂ ਉਸਦੀ ਸੋਚ ਨੂੰ ਲੈ ਕੇ ਹੀ ਉਹਦੇ ਨਾਲ ਐਡੀ ਵੱਡੀ ਘਟਨਾ ਹੋ ਗਈ। ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ ਕਾਨੂੰਨ ਸਾਰਿਆਂ ਲਈ ਇੱਕ ਬਣਾਇਆ ਹੈ ਅਤੇ ਫਿਰ ਉਹ ਇੱਕ ਦੀ ਤਰ੍ਹਾਂ ਕਿਉਂ ਨਹੀਂ ਹੈਗਾ। ਕੁਛ ਸਾਡੇ ਯੋਧੇ ਆਪਣੀਆਂ ਜਿਹੜੀਆਂ ਸਜ਼ਾਵਾਂ ਨੇ ਪੂਰੀਆਂ ਕਰ ਚੁੱਕੇ ਹੈ, ਉਹਨਾਂ ਵੱਲ ਕੋਈ ਧਿਆਨ ਨਹੀਂ ਕਿਸੇ ਦਾ। ਇੱਕ ਕਿਸੇ ਨੇ ਇੰਨੇ ਇੰਨੇ ਕ੍ਰਾਈਮ ਕਰਕੇ ਉਹ ਵਾਰ ਵਾਰ ਪੈਰੋਲ 'ਤੇ ਆ ਰਹੇ ਨੇ, ਇਸ ਲਈ ਹੁਣ ਕਾਨੂੰਨ ਤੋਂ ਵੀ ਵਿਸ਼ਵਾਸ ਉੱਠ ਗਿਆ। ਕਿਉਂਕਿ ਜਿਹੜੇ ਸੱਚ ਬੋਲਦੇ ਆ, ਸੱਚ ਬੋਲਣਾ ਇੱਥੇ ਬਹੁਤ ਵੱਡਾ ਗੁਨਾਹ ਹੈ। ਉਹਨਾਂ ਤੋਂ ਇਹ ਲੋਕ ਡਰਦੇ ਆ। ਸਾਨੂੰ ਧਰਨਿਆਂ ਦੀ ਲੋੜ ਕਿਉਂ ਪਈ? ਕਿਉਂਕਿ ਜਦੋਂ ਸਾਡੇ ਲਈ ਇਨਸਾਫ਼ ਜਾਂ ਇੱਕ ਸੋਚ ਨਹੀਂ ਰੱਖੀ ਕਾਨੂੰਨ ਨੇ, ਤਾਂ ਕਰਕੇ ਸਾਨੂੰ ਧਰਨੇ ਲਾਉਣੇ ਪੈਂਦੇ ਆ ਕਿਸੇ ਵੀ ਚੀਜ਼ ਲਈ। ਹੁਣ ਜਿਹੜੇ ਤਾਂ ਸਾਡੇ ਵਰਗੇ ਪੀੜਤ ਹੈ, ਉਹ ਤਾਂ ਵਿਚਾਰੇ ਧਰਨਾ ਲਾ ਕੇ ਮਾੜਾ ਮੋਟਾ ਉਹਦੇ ਲਈ ਇਨਸਾਫ਼ ਮੰਗ ਸਕਦੇ ਆ। ਉਸ ਜਿਹੜੇ ਵਿਚਾਰੇ ਘਰ ਬੈਠੇ ਵੀਰ ਕਹਿ ਦਿੰਦੇ ਆ ਕਿ ਵੀ ਭਾਲ ਲਓ ਕੋਈ ਸੜਕ ਉੱਥੇ ਤੁਸੀਂ ਬਹਿ ਜਾਓ ਧਰਨਾ ਲਾ ਕੇ, ਧਰਨੇ ਲਾਉਣੇ ਕੋਈ ਸੌਖੀ ਗੱਲ ਨਹੀਂ ਹੈਗੀ। ਨੌਜਵਾਨ ਮੇਰੇ ਬੱਚੇ ਸਾਰੇ ਕੰਮ ਛੱਡ ਕੇ, ਕੋਈ ਵਿਹਲਾ ਨਹੀਂ ਹੈਗਾ ਵੀ ਜਿਹੜਾ ਆ ਕੇ ਵਿਹਲਾ ਇਕੱਲਾ ਧਰਨਾ ਜੋਗ ਰਹੀ ਹੈ। ਇਹ ਆਪਦੇ ਹੱਕ ਲਈ ਧਰਨੇ ਮਜਬੂਰ ਹੋ ਕੇ ਲਾਉਣੇ ਪੈਂਦੇ ਨੇ। ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਵੀ ਤੁਸੀਂ ਸਾਰੇ ਜਣੇ ਇੱਕਜੁੱਟ ਹੋ ਕੇ ਇਹਨਾਂ ਦਾ ਸਾਥ ਦਿਓ ਤਾਂ ਜੋ ਸਾਡੇ ਸ਼ੇਰ ਭਰਾ ਜੋ ਜੇਲ੍ਹਾਂ ਵਿੱਚ ਹਜੇ ਵੀ ਸਜ਼ਾਵਾਂ ਭੁਗਤ ਰਹੇ ਨੇ ਉਹ ਵਿਚਾਰੇ ਵਾਪਸ ਆਉਣ। ਮੇਰੇ ਵੱਲੋਂ ਅਤੇ ਮੇਰੇ ਨਗਰ ਮੇਰੀ ਪੰਚਾਇਤ ਨਗਰ ਮੂਸਾ ਵੱਲੋਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਇੱਥੇ ਤੱਕ ਪਹੁੰਚਣ 'ਤੇ, ਮੇਰੀ ਉਹ ਸੀਗੀ ਆਸ ਤਾਂ ਕਿੱਦਾਂ ਦੀ ਵੀ ਮੈਂ ਜਾਵਾਂ ਪਰ ਥੋੜ੍ਹੇ ਜਿਹੇ ਘਰ ਦੇ ਹਾਲਾਤ ਅਤੇ ਬਿਮਾਰੀ ਨੇ ਇੰਨਾ ਮਜਬੂਰ ਕਰਤੇ, ਅੱਜ ਵੀ ਬਸ ਮੈਂ ਇੱਕ ਘਰੋਂ ਨਿਕਲ ਆਈ ਹਾਂ ਵੀ ਮੈਂ ਉੱਥੇ ਜ਼ਰੂਰ ਜਾਣਾ। ਮੈਨੂੰ ਆਤਮਾ ਨੂੰ ਸ਼ਾਂਤੀ ਫਿਰ ਮਿਲੂਗੀ ਜੇ ਮੈਂ ਉੱਥੇ ਜਾਊਂਗੀ। ਆਪਣੀ ਏਕਤਾ ਨੂੰ ਇਸੇ ਤਰ੍ਹਾਂ ਕਾਇਮ ਰੱਖਿਓ ਤਾਂ ਜੋ ਆਪਣੇ 'ਚ ਕੋਈ ਪਾੜ ਨਾ ਪਾ ਸਕੇ। ਆਪਣੀ ਏਕਤਾ ਤੋਂ ਇਹ ਲੋਕ ਡਰਦੇ ਹੈ, ਇਸ ਕਰਕੇ ਮੇਰੀ ਤੁਹਾਡੇ ਸਾਰਿਆਂ ਅੱਗੇ ਅਪੀਲ ਹੈ ਵੀ ਆਪਣੀ ਏਕਤਾ ਨੂੰ ਕਾਇਮ ਰੱਖੋ ਅਤੇ ਆਪਾਂ ਦਿੱਲੀ ਵਾਂਗ ਇਹ ਮੋਰਚਾ ਵੀ ਜ਼ਰੂਰ ਜਿੱਤਾਂਗੇ। ਸਾਡੇ ਬਾਪੂ ਜੀ ਨੂੰ ਪਰਮਾਤਮਾ ਹਿੰਮਤ ਬਖਸ਼ੇ, ਤੁਹਾਨੂੰ ਹਿੰਮਤ ਬਖਸ਼ੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਅਤੇ ਹਮੇਸ਼ਾ ਐਵੇਂ ਜਿਕਰੀ ਸਾਥ ਦਿੰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਸੀਂ ਪਿਛਲੀ 19 ਤਰੀਕ ਨੂੰ ਵੀ ਪੀਜੀਆਈ 10 ਦਿਨ ਇਲਾਜ ਚੱਲਿਆ ਤੇ ਅੱਜ ਵੀ ਉਹ ਚੈੱਕਅਪ ਲਈ ਆਏ ਹੋਏ ਨੇ ਜੇ ਉਹਨਾਂ ਦੇ ਸਰੀਰ ਨੇ ਆਗਿਆ ਦਿੱਤੀ ਤਾਂ ਉਹ ਵੀ ਜ਼ਰੂਰ ਪਹੁੰਚਣਗੇ ਅਤੇ ਉਹਨਾਂ ਨੇ ਕਿਹਾ ਵੀ ਮੇਰਾ ਬਾਪੂ ਜੀ ਨੂੰ ਸੁਨੇਹਾ ਲਾਇਓ ਵੀ ਜੇ ਮੈਨੂੰ ਥੋੜ੍ਹਾ ਜਿਹਾ ਮੇਰੀ ਸਰੀਰ ਨੇ ਹਿੰਮਤ ਬਖਸ਼ੀ ਤਾਂ ਮੈਂ ਵੀ ਜ਼ਰੂਰ ਸ਼ਾਮਿਲ ਹੋਊਂਗਾ बस यही कहना चाहूंगी भी कि इन्हां लई कानून पक्ष क्यों ने यह डबल डबल सजावां भुगत चुके ने इन्हां नूं बेचारे नूं क्यों नहीं रिहा किया जाता मैं यही उन्हां नूं कानून नूं सरकारां नूं यही बेनती करूंगी भी कि इन्हां नूं छेती तो छेती रिहा किया जाए चल गया मतलब ਸਾਡੇ ਪਿੰਡ ਵਿੱਚੋਂ ਤੁਹਾਡੇ ਪਿੰਡ ਵਿੱਚੋਂ ਕਾਫੀ ਸੰਗਤ ਲੈ ਕੇ ਆਏ ਹੋ ਕੌਣ ਕੌਣ ਆਏ ਨੇ ਨਾਲ ਸਾਰਾ ਨਗਰ ਹੀ ਆਇਆ ਪੰਚਾਇਤ ਤਰਫੋਂ ਸਾਰੇ ਨਗਰ ਤਰਫੋਂ ਹੀ ਅਸੀਂ ਉਹਦਾ ਕੰਮ ਹੁੰਦੀ ਰਹੀ ਜੀ ਮੋਰਚੀ अपना बहवल कला होने लाके मंगा मनवा पैदा देखो लगता तो कुछ है नहीं पर फिर भी असं आपकी कोशिश जारी रखा कुछ मंगा पंजाब सरकार नाल संबंधित रहेगी पंजाब सरकार से भरोसा लगता है थोड़ा बंदी सिंह की रिहाई जी हो जाएगी अज मैं उस बारे कोई अपने निजी मकसद लिए इतने नहीं आई मैं सिद्धू के इंसाफ लिए नहीं आई मैं सिर्फ इन्होंने रिहाई है।